ਕਿੱਥੇ ਆ ਤੁਹਾਡਾ ਸਰ? ਤੁਸੀਂ ਰਿਲੈਕਸ ਹੋ, ਡਾਕਟਰ ਸਾਹਿਬ ਹੁਣੀ ਆ ਰਹੇ ਆ। ਦੇਖੋ ਹੁਣ ਅਸੀਂ ਐਡੀ ਦੂਰੋਂ ਆਏ ਆ, ਉਹਦੇ ਸੱਟ ਲੱਗੀ ਆ ਮੁੰਡੇ ਦੇ ਸਿਰ ਦੇ ਵਿੱਚ, 11 ਵੱਜ ਗਿਆ। ਡਾਕਟਰ ਕਿਸ ਵੇਲੇ ਆਉਂਦਾ ਤੁਹਾਡਾ? ਮੀਟਿੰਗ ਦੇ ਵਿੱਚ ਗਏ ਸੀ, ਬਸ ਆ ਹੀ ਰਹੇ ਨੇ, ਕਾਲ ਕਰ ਦਿੱਤੀ। ਤੁਸੀਂ ਕਹਿੰਦੇ ਨੇ ਡਾਕਟਰ ਹੁਣੇ ਆਇਆ, ਹੁਣੇ ਆਇਆ, ਡਾਕਟਰ ਹਜੇ ਤੱਕ ਨਹੀਂ ਆਇਆ, ਦੱਸੋ ਉਹਦੇ ਕਿੱਥੇ ਡਾਕਟਰ? ਹੋ ਗਿਆ ਡਾਕਟਰ ਸਾਹਿਬ ਜੀ, ਮੁੰਡੇ ਦੇ ਸੱਟ ਜ਼ਿਆਦਾ ਲੱਗੀ ਆ। ਪਹਿਲਾਂ ਤਾਂ ਤੁਸੀਂ ਲੇਟ ਆਏ ਆ, ਹੁਣ ਦੂਏ ਨੰਬਰ ਤੇ ਨਹੀਂ ਹੋਣਾ, ਹੁਣ ਚੱਲ ਚੱਲੇ। ਮੈਨੂੰ ਇਹ ਦੱਸੋ ਜੇ ਮੁੰਡੇ ਨੂੰ ਕੁਝ ਹੋ ਗਿਆ ਨਾ, ਮੈਂ ਤੁਹਾਡਾ ਹਸਪੀਟਲ ਭੰਨ ਦੇਣਾ ਜੇ ਕੋਈ ਗੱਲਬਾਤ ਹੋ ਗਈ। ਤਾਂ ਮੈਨੂੰ ਦੱਸੋ ਮੁੰਡੇ ਨੂੰ ਹੋਇਆ ਕੀ? ਹੁਣ ਡਾਕਟਰ ਸਾਹਿਬ ਦੇ ਬੇਟੇ ਦੀ ਡੈਥ ਹੋ ਗਈ ਸੀ। ਜਦੋਂ ਅਸੀਂ ਉਹਨਾਂ ਨੂੰ ਫੋਨ ਕੀਤਾ, ਉਹ ਆਪਣੇ ਬੇਟੇ ਦੇ ਸੰਸਕਾਰ ਤੇ ਸੀ, ਪਰ ਫਿਰ ਵੀ ਉਹ ਉੱਥੋਂ ਸੰਸਕਾਰ ਤੋਂ ਟਾਈਮ ਕੱਢ ਕੇ ਤੁਹਾਡੇ ਬੇਟੇ ਦਾ ਇਲਾਜ ਕਰਨ ਲਈ ਆਏ।